ਸਤਿ ਸ਼੍ਰੀ ਅਕਾਲ ਜੀ ਮੈਂ ਨਵਰੀਤ ਸਿੰਘ ਰੂਬਲ ਅੱਜ ਇੱਕ ਨਵੇਂ ਵਿਸ਼ੇ ਤੁਹਾਡੇ ਨਾਲ ਹਾਜ਼ਰ ਹਾਂ ਭਗਵੰਤ ਮਾਨ ਸਾਹਿਬ ਇੱਕ ਬੜਾ ਵਧੀਆ ਕੰਮ ਕਰ ਰਹੇ ਨੇ ਜ਼ਮੀਨਾਂ ਛੁਡਾ ਰਹੇ ਨੇ ਪੰਚਾਇਤੀ ਜ਼ਮੀਨਾਂ ਛੁਡਾ ਰਹੇ ਨੇ ਮੈਂ ਤਾਂ ਇੱਕ ਵਧੀਆ ਗੱਲ ਹੈਗੀ ਪੰਚਾਇਤੀ ਜ਼ਮੀਨ ਛੁਡਾਉਣਾ ਅੱਜ ਵੀ ਕਹਿੰਦੇ ਸਿਮਰਨਜੀਤ ਸਿੰਘ ਮਾਨ ਦੇ ਮੁੰਡੇ ਦੀ ਜ਼ਮੀਨ ਛੁਡਾਈ ਭਗਵੰਤ ਮਾਨ ਸਾਹਿਬ ਨੇ ਆਪ ਛੁਡਾਈ ਪੰਚਾਇਤ ਮੰਤਰੀ ਵੀ ਨਾਲ ਸੀ ਹੋਰ ਵੀ ਜ਼ਮੀਨਾਂ ਛੁਡਾਈਆਂ ਕਹਿੰਦੇ ਜੀ ਕਰੋੜਾਂ ਰੁਪਈਆ ਜ਼ਮੀਨਾਂ ਨੇ ਮੈਨੂੰ ਸਮਝ ਨਹੀਂ ਪੈਂਦੀ ਜ਼ਮੀਨਾਂ ਦੇ ਕਬਜ਼ਾ ਕੀਤਾ ਕਿਵੇਂ ਹੈ ਇਹ ਇਕੱਲੇ ਨੇ ਕੀਤਾ ਕਿੰਨੇ ਕਰਵਾਇਆ ਕੌਣ ਸ਼ਾਮਿਲ ਹੈ ਉਹ ਅਫਸਰ ਆਪਾਂ ਕਿਉਂ ਨਹੀਂ ਜੱਗ ਜ਼ਾਹਿਰ ਕਰ ਰਹੇ ਵੀ ਅਫਸਰ ਕਿਹੜੇ ਨੇ ਇਹਦੇ ਨਾਲ ਕੋਈ ਪਟਵਾਰੀ ਰਲਿਆ ਹੋਇਆ ਸੀ ਜਾਂ ਕੁਝ ਰਲਿਆ ਹੋਇਆ ਤੁਸੀਂ ਅਫਸਰ ਨੂੰ ਤਾਂ ਫੜੋ ਨਾ ਜ਼ਮੀਨ ਛੁਡਵਾਤੀ ਜ਼ਮੀਨ ਛੁਡਵਾਤੀ ਆਪਾਂ ਇੱਕ ਚੰਗ ਕਰ ਰਹੇ ਹਾਂ ਵਧੀਆ ਕੰਮ ਆਪਾਂ ਮਸ਼ਹੂਰੀ ਕਰ ਰਹੇ ਹਾਂ ਨਾਲ ਇਹ ਵੀ ਦੱਸੋ ਵੀ ਕਿਹੜੇ ਅਫਸਰ ਨੇ ਬਿਨੀ ਭੁਗਤ ਨਾਲ ਜ਼ਮੀਨ 'ਤੇ ਕਬਜ਼ਾ ਹੋਇਆ ਕੌਣ ਹੈ ਉਹਨੂੰ ਮਿਟਾਓ ਉਹਦੇ ਵਿੱਚ ਛਿੱਤਰ ਮਾਰੋ ਇਹ ਛਿੱਤਰ ਮਾਰੇ ਬਿਨਾਂ ਕੰਮ ਨਹੀਂ ਹੋਣਾ ਹੈਗਾ ਜੀ ਮਾਨ ਸਾਹਿਬ ਇੱਦਾਂ ਨਹੀਂ ਚੱਲਣਾ ਹੈਗਾ ਵੀ ਜ਼ਮੀਨ ਛੁਡਵਾਤੀ ਦੀ ਗੱਲ ਖਤਮ ਹੋ ਗਈ ਜਿੰਨੇ ਕਬਜ਼ਾ ਕਰਵਾਇਆ ਜਾਂ ਕੀਤਾ ਕਿੰਨੇ ਕੀਤਾ ਫੈਂਟਰ ਫੇਰੋਗੇ ਤਾਂ ਕੰਮ ਹੋਣਾ ਇੱਕ ਵਾਰ ਕੁੱਟ ਪਏ ਤੋਂ ਬਿਨਾਂ ਕੰਮ ਨਹੀਂ ਹੋਣਾ ਇਹ ਸਿੱਧੇ ਨਹੀਂ ਹੋਣ ਵਾਲੇ ਹੈਗੇ ਲੈ ਦੇਵੇ ਕੰਮ ਹੋਈ ਜਦੋਂ ਉਹਨੂੰ ਛੱਡਤਾ ਇਹਨੂੰ ਛੱਡਤਾ ਸਭ ਰਲੇ ਹੋਏ ਨੇ ਸਭ ਖਾਈ ਪੀ ਵੀ ਜਾਂਦੇ ਮੌਜਾਂ ਕਰੀ ਜਾਂਦੇ ਨੇ ਨਾਲੇ ਜ਼ਮੀਨਾਂ ਦੇ ਵੀ ਇਹ ਨੇ ਜਿਹੜੀ ਖੇਤੀਬਾੜੀ ਜਿਹੜੀ ਮੇਰੇ ਹਿਸਾਬ ਨਾਲ ਜਦੋਂ ਅੰਗਰੇਜ਼ ਵੀ ਨੇ ਸੀ ਨਾ ਅੰਗਰੇਜ਼ਾਂ ਨੇ ਜ਼ਮੀਨਾਂ ਦਿੱਤੀਆਂ ਸੀ ਕਿਸਾਨਾਂ ਨੂੰ ਵੀ ਖੇਤੀਬਾੜੀ ਕਰ ਲਓ ਇਹਦੇ ਉੱਤੇ ਜੀ ਜਿਹਨੇ ਖੇਤੀਬਾੜੀ ਕਰਨੀ ਉਹ ਜ਼ਮੀਨ ਲੈ ਲਏ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੈਗੇ ਕਿਸਾਨ ਜ਼ਮੀਨ ਸਿਰਫ ਖੇਤੀਬਾੜੀ ਕਰਨ ਲਈ ਦਿੱਤੀ ਹੌਲੀ ਹੌਲੀ ਲੈ ਦੇ ਕੇ ਪਟਵਾਰੀ ਲੜਾ ਲਿਆ ਫਲਾਣਾ ਲੈ ਲਿਆ ਉਹਨੂੰ ਕੁਛ ਦੇਤਾ ਫਲਾਣੇ ਨੂੰ ਕੁਛ ਦੇਤਾ ਅਤੇ ਲੋਕਾਂ ਨੇ ਜ਼ਮੀਨਾਂ ਨੂੰ ਆਪਣੇ ਮਾਲਕ ਹੀ ਸਮਝ ਲਿਆ ਕਿਸੇ ਨੇ ਮਹਿਰੇ ਪੈਲਸ ਬਣਾ ਲਿਆ ਕਿਸੇ ਨੇ ਕੁਛ ਬਣਾ ਲਿਆ ਜ਼ਮੀਨਾਂ ਵੇਚਤੀਆਂ ਇਹ ਨਹੀਂ ਹੈਗੀਆਂ ਜਿਹੜੀਆਂ ਜ਼ਮੀਨਾਂ ਅੱਜ ਵੀ ਨੇ ਨਾ ਅੱਜ ਵੀ ਪੁਰਾਣਾ ਰਿਕਾਰਡ ਕੱਢ ਲਓ ਮੇਰੇ ਹਿਸਾਬ ਨਾਲ ਜਿੱਥੋਂ ਮੇਰੀ ਸੋਚ ਹੈਗੀ ਬਾਕੀ ਨਹੀਂ ਇੰਨਾ ਮੈਨੂੰ ਪਤਾ ਮੇਰੇ ਹਿਸਾਬ ਨਾਲ ਜਿਹੜੀ ਅੰਗਰੇਜ਼ ਲੋਕ ਕਹਿੰਦੇ ਸੀ ਵੀ ਅੰਗਰੇਜ਼ਾਂ ਨੇ ਜ਼ਮੀਨਾਂ ਦਿੱਤੀਆਂ ਨਹੀਂ ਖੇਤੀਬਾੜੀ ਕਰਨ ਨੂੰ ਕਿਸਾਨਾਂ ਨੂੰ ਕਿਸਾਨ ਵੀ ਖੇਤੀਬਾੜੀ ਕਰਨ ਲੋਕਾਂ ਨੇ ਖੇਤੀਬਾੜੀ ਵਾਲੀ ਜ਼ਮੀਨਾਂ ਹੀ ਵੇਚਣੀਆਂ ਸ਼ੁਰੂ ਕਰਤੀਆਂ ਮਾਲਕ ਬਣ ਗਏ ਖੁਦ ਜੀ ਇਹਦੀ ਵੀ ਮਾਨ ਸਾਹਿਬ ਇਨਕੁਆਇਰੀ ਕਰਨੀ ਚਾਹੀਦੀ ਸਾਰਾ ਕੁਛ ਕਰਨਾ ਚਾਹੀਦਾ ਹੈਗਾ ਅਤੇ ਵਧੀਆ ਕੰਮ ਕਰ ਰਹੇ ਹੋ ਤੁਸੀਂ ਆਸ ਕਰਦੇ ਹੋ ਤੁਸੀਂ ਪੰਜਾਬ ਨੂੰ ਹੋਰ ਤਰੱਕੀ 'ਤੇ ਲੈ ਕੇ ਜਾਓਗੇ ਮੁਹੱਲਾ ਕਲੀਨਿਕ ਬਣਨੇ ਨੇ ਲੋਕ ਬੜੇ ਪਿੱਟਦੇ ਪਏ ਨੇ ਮੁਹੱਲਾ ਕਲੀਨਿਕ ਕੱਢ ਲਈਆਂ ਦੇ ਸੀ ਫਲਾਣੇ ਸੀ ਉਹ ਯਾਰ ਕੀ ਕਰ ਲਿਆ ਕੀ ਸਹੂਲਤ ਸੇਵਾ ਕੇਂਦਰ ਨੇ ਸੇਵਾ ਕੇਂਦਰ ਕਹਿੰਦੇ ਦੁਖੀ ਕੇਂਦਰ ਨੇ ਇਹ ਫਾਲਤੂ ਜਿਹੇ ਕੰਮ ਇੱਥੇ ਹੋ ਰਹੇ ਸੀ ਹੋਣੇ ਨਹੀਂ ਜਿਹਦੇ ਮੁਹੱਲਾ ਕਲੀਨਿਕ ਬਣਨਾ ਜਿਹੜੇ ਚੰਗੀ ਗੱਲ ਹੈਗੀ ਹੈ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣਗੀਆਂ ਠੀਕ ਹੈ ਨਾ ਜੀ ਉਹ ਕੁਛ ਕਰਨ ਤਾਂ ਦਿਓ ਕੁਛ ਕਰਨਗੇ ਜੇ ਚੰਗਾ ਕਰਨਗੇ ਚੰਗਾ ਕਹਾਂਗੇ ਜੇ ਮਾੜਾ ਕਰਨਗੇ ਤਾਂ ਮਾੜਾ ਵੀ ਕਹਾਂਗੇ ਇਹ ਨਹੀਂ ਹੈਗਾ ਕਿ ਅਸੀਂ ਪਾਰਟੀ 'ਚ ਹੈਗੇ ਹਾਂ ਤਾਂ ਚੰਗਾ ਹੀ ਕਹਾਂਗੇ ਜੇ ਪਾਰਟੀ ਮਾੜਾ ਕਰੋਗੇ ਅਸੀਂ ਮਾੜਾ ਵੀ ਕਹਾਂਗੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ।